ਅੱਜ ਦੇ ਲੈਕਚਰ ਵਿੱਚ ਨਾ ਆਪਾਂ ਦੋ ਟੌਪਿਕ ਕਰਨੇ ਆ। ਇਹਦੇ ਨਾਲ ਨਾ ਆਪਣਾ ਚੈਪਟਰ ਨੰਬਰ 3 ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ। ਠੀਕ ਹੈ, ਫਰਸਟ ਟੌਪਿਕ ਜਿਹੜਾ ਹੈ ਉਹ ਹੈਗਾ ਥਰੋਟਲਿੰਗ ਪ੍ਰੋਸੈਸ, ਤੇ ਸੈਕੰਡ ਪ੍ਰੋਸੈਸ ਜਿਹੜਾ ਹੈਗਾ ਟੌਪਿਕ ਉਹ ਹੈ ਫ੍ਰੀ ਐਕਸਪੈਂਸ਼ਨ ਪ੍ਰੋਸੈਸ। ਹੁਣ ਸਭ ਤੋਂ ਪਹਿਲਾਂ ਨਾ ਆਪਾਂ ਥਰੋਟਲਿੰਗ ਪ੍ਰੋਸੈਸ ਸਟੱਡੀ ਕਰਦੇ ਆ। ਥਰੋਟਲਿੰਗ ਪ੍ਰੋਸੈਸ ਕੀ ਹੁੰਦੀ ਆ? ਜਦੋਂ ਆਪਾਂ ਕਿਸੇ ਗੈਸ ਨੂੰ ਇੱਕ ਮਾਈਨਿਊਟ ਡਾਇਮੈਂਸ਼ਨ ਦੇ ਹੋਲ ਵਿੱਚੋਂ ਦੀ ਜਾਂ ਅਪਰਚਰ ਵਿੱਚੋਂ ਦੀ ਪਾਸ ਕਰਾਉਂਦੇ ਹਾਂ ਤਾਂ ਜਿਹੜੀ ਪ੍ਰੋਸੈਸ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਥਰੋਟਲਿੰਗ ਪ੍ਰੋਸੈਸ। ਠੀਕ ਹੈ, ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਇੱਕ ਜਿੱਦਾਂ ਇੱਕ ਮੰਨ ਲਓ ਜਿਹੜਾ ਟਾਇਰ ਦੀ ਟਿਊਬ ਹੈ, ਠੀਕ ਹੈ, ਜਿਹੜੇ ਆਪਣੀ ਬਾਈਕ ਦਾ ਟਾਇਰ ਹੁੰਦੇ ਜਾਂ ਸਾਈਕਲ ਦੇ ਟਾਇਰ ਹੈਗੇ ਆ, ਉਹਦੇ ਵਿੱਚ ਅਗਰ ਕੋਈ ਛੋਟੀ ਜਿਹੀ ਮਤਲਬ ਕੋਈ ਕਿੱਲ ਵਗੈਰਾ ਉਹਦੇ ਅੰਦਰ ਲੱਗ ਜਾਂਦੀ ਆ, ਤੇ ਉਹਦੇ ਅੰਦਰ ਉਹਦੇ ਕਰਕੇ ਨਾ ਉਹਦੇ ਅੰਦਰ ਬਹੁਤ ਛੋਟੀ ਡਿਮੈਂਸ਼ਨ ਦਾ ਇੱਕ ਹੋਲ ਹੋ ਜਾਂਦਾ ਆ। ਠੀਕ ਹੈ, ਮਤਲਬ ਇਸ ਤਰੀਕੇ ਦਾ ਇਹਦੇ ਵਿੱਚੋਂ ਫਿਰ ਕੀ ਹੋਏਗਾ, ਜਿਹੜੀ ਅੰਦਰਲੀ ਏਅਰ ਹੈ ਉਹ ਬਾਹਰ ਐਟਮੋਸਫੇਅਰ 'ਚ ਸਕੇਪ ਕਰੇਗੀ। ਠੀਕ ਹੈ, ਤੇ ਹੁੰਦਾ ਕੀ, ਹੁਣ ਏਅਰ ਜਿਹੜੀ ਨਿਕਲ ਰਹੀ ਹੈ ਉਹ ਬਹੁਤ ਛੋਟੇ ਡਾਇਮੈਂਸ਼ਨ ਦੇ ਹੋਲ ਵਿੱਚੋਂ ਦੀ ਬਾਹਰ ਨਿਕਲ ਰਹੀ ਹੈ। ਠੀਕ ਹੈ, ਇੱਕ ਤੁਹਾਨੂੰ ਇੱਕ ਜਨਰਲ ਜਿਹਾ ਐਗਜ਼ਾਮਪਲ ਦੇ ਸਾਥ ਤਾਂ ਕਿ ਤੁਸੀਂ ਇਹਨੂੰ ਨਾ ਵਿਜੁਅਲਾਈਜ਼ ਕਰ ਸਕੋ ਕਿ ਕੀ ਚੀਜ਼ ਹੁੰਦੀ ਹੈ। ਠੀਕ ਹੈ, ਹੁਣ ਟੈਕਨੀਕਲੀ ਕੀ ਹੈਗਾ ਆ ਕਿ ਜਦੋਂ ਕੋਈ ਗੈਸ ਕਿਸੇ ਮਾਈਨਿਊਟ ਡਾਇਮੈਂਸ਼ਨ ਦੇ ਹੋਲ ਵਿੱਚੋਂ ਦੀ ਪਾਸ ਕਰਦੀ ਆ ਤਾਂ ਜਿਹੜੀ ਪ੍ਰੋਸੈਸ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਥਰੋਟਲਿੰਗ ਪ੍ਰੋਸੈਸ। ਠੀਕ ਹੈ, ਇਹਦੇ ਵਿੱਚ ਕੰਡੀਸ਼ਨ ਕੀ ਹੁੰਦੀ ਆ, ਜਿਹੜੀ ਗੈਸ ਹੈ ਉਹ ਮਾਈਨਿਊਟ ਡਾਇਮੈਂਸ਼ਨ ਹੋਲ ਵਿੱਚੋਂ ਦੀ ਪਾਸ ਕਰ ਰਹੀ ਹੈ, ਜਾਂ ਆਪਾਂ ਇਹਨੂੰ ਇਹ ਵੀ ਕਹਿ ਸਕਦੇ ਹਾਂ ਕਿ ਕੋਈ ਵਾਲਵ ਜਿਹੜਾ ਸਲਾਈਟਲੀ ਓਪਨ ਹੋਏ। ਠੀਕ ਹੈ, ਤੇ ਉਹਨੂੰ ਆਪਾਂ ਕਹਿੰਦੇ ਥਰੋਟਲਿੰਗ ਪ੍ਰੋਸੈਸ। ਫ੍ਰੀ ਐਕਸਪੈਂਸ਼ਨ ਕਿਹੜੀ ਹੁੰਦੀ ਆ? ਅਗਰ ਜਿਹੜੀ ਸਾਡੇ ਕੋਲ ਗੈਸ ਹੈਗੀ ਆ ਉਹ ਅਗਰ ਇੱਕ ਲਾਰਜ ਡਾਇਮੈਂਸ਼ਨ ਦੇ ਹੋਲ ਵਿੱਚੋਂ ਦੀ ਪਾਸ ਕਰ ਰਹੀ ਹੈ ਫਿਰ ਆਪਾਂ ਉਹਨੂੰ ਕਹਿੰਦੇ ਫ੍ਰੀ ਐਕਸਪੈਂਸ਼ਨ ਪ੍ਰੋਸੈਸ। ਠੀਕ ਹੈ, ਇੱਕ ਵਾਰ ਫਿਰ ਦੱਸ ਦਿੰਦਾ ਹਾਂ, ਆਪਣੇ ਕੋਲ ਦੋ ਪ੍ਰੋਸੈਸ ਹੈ, ਥਰੋਟਲਿੰਗ ਪ੍ਰੋਸੈਸ ਤੇ ਫ੍ਰੀ ਐਕਸਪੈਂਸ਼ਨ ਪ੍ਰੋਸੈਸ। ਅਗਰ ਜਿਹੜੀ ਗੈਸ ਹੈ ਉਹ ਮਾਈਨਿਊਟ ਡਾਇਮੈਂਸ਼ਨ ਵਿੱਚੋਂ ਦੀ ਹੋਲ ਵਿੱਚੋਂ ਦੀ ਪਾਸ ਕਰ ਰਹੀ ਹੈ ਤੇ ਉਹ ਥਰੋਟਲਿੰਗ ਪ੍ਰੋਸੈਸ ਹੋਏਗੀ, ਅਗਰ ਲਾਰਜ ਡਾਇਮੈਂਸ਼ਨ ਹੋਲ ਵਿੱਚੋਂ ਦੀ ਪਾਸ ਕਰ ਰਹੀ ਹੈ ਫਿਰ ਉਹ ਫ੍ਰੀ ਐਕਸਪੈਂਸ਼ਨ ਪ੍ਰੋਸੈਸ ਹੋਏਗੀ। ਠੀਕ ਹੈ, ਹੁਣ ਆਪਾਂ ਇਹਦੇ ਅੰਦਰ ਵਰਕ ਡਨ ਹੋਏਗਾ, ਹੀਟ ਟ੍ਰਾਂਸਫਰ ਕੀ ਕੀ ਹੋਏਗਾ। ਹੁਣ ਤੁਹਾਨੂੰ ਇੱਥੇ ਡਾਇਗਰਾਮ ਡਰਾ ਕਰ ਲੈਂਦੇ ਆਪਾਂ। ਇੱਕ ਮੰਨ ਲਓ ਸਾਡੇ ਕੋਲ ਕੰਟੇਨਰ ਹੈ, ਇਸ ਕੰਟੇਨਰ ਦੀ ਆਪਾਂ ਪਾਰਟੀਸ਼ਨ ਕਰ ਦਿੰਦੇ ਹਾਂ। ਠੀਕ ਹੈ, ਇਹਦੇ ਇੱਕ ਹਾਈ ਪ੍ਰੈਸ਼ਰ ਦੇ ਉੱਪਰ ਆਪਾਂ ਕੋਈ ਗੈਸ ਫਿਲ ਕੀਤੀ ਹੋਈ। ਹੁਣ ਉਸ ਤੋਂ ਬਾਅਦ ਆਪਾਂ ਕਰਨਾ, ਮੰਨ ਲਓ ਇਹ ਜਿਹੜਾ ਹੈ ਨਾ, ਇਹ ਜਿਹੜੀ ਵਾਲ ਹੈਗੀ ਇਹਦੇ ਅੰਦਰ ਇੱਕ ਬਹੁਤ ਛੋਟਾ ਜਿਹਾ ਹੋਲ ਆਪਾਂ ਕਰ ਦਿੱਤਾ। ਠੀਕ ਹੈ, ਹੁਣ ਇਸ ਹੋਲ ਵਿੱਚ ਕੀ ਹੋਏਗਾ ਕਿ ਇਹ ਜਿਹੜੀ ਹਾਈ ਪ੍ਰੈਸ਼ਰ ਦੇ ਉੱਪਰ ਗੈਸ ਹੈਗੀ ਨਾ, ਇਹ ਇਹਦੇ ਵਿੱਚੋਂ ਦੀ ਨਿਕਲ ਕੇ ਜਿਹੜੀ ਦੂਸਰੀ ਸਾਈਡ ਹੈ ਨਾ ਉਧਰ ਵਾਲੀ ਸਾਈਡ ਫਲੋ ਕਰੇਗੀ। ਠੀਕ ਹੈ, ਹੁਣ ਹੁੰਦਾ ਕੀ ਹੈ, ਹੁਣ ਇਸੇ ਚੀਜ਼ ਨੂੰ ਨਾ ਇਸ ਹੋਲ ਨੂੰ ਮੈਂ ਥੋੜ੍ਹਾ ਜਿਹਾ ਐਨਲਾਰਜ ਕਰਕੇ ਸ਼ੋਅ ਕਰ ਦਿੰਦਾ। ਠੀਕ ਹੈ, ਹੁਣ ਇੱਦਾਂ ਹੋਏਗਾ ਇਹ, ਠੀਕ ਹੈ, ਹੁਣ ਜਿਹੜੀ ਸਾਡੀ ਗੈਸ ਹੈ ਉਹ ਇਸ ਮਾਈਨੂ ਡਿਮੈਂਸ਼ਨ ਦੇ ਹੋਲ ਵਿੱਚ ਉਹਦੀ ਪਾਸ ਕਰੇਗੀ। ਠੀਕ ਹੈ, ਹੁਣ ਇਹਦੇ ਅੰਦਰ ਨੰਬਰ 1 ਚੀਜ਼ ਕੀ ਹੈਗੀ ਆ, ਦੇਖੋ ਇਹਦੇ ਅੰਦਰ ਵਰਕ ਡਨ ਕੋਈ ਹੋ ਰਿਹਾ ਆ, ਕੋਈ ਐਕਸਟਰਨਲ ਵਰਕ ਡਨ ਨਹੀਂ ਹੋ ਰਿਹਾ, ਮਤਲਬ ਇਸ ਕੇਸ ਦੇ ਵਿੱਚ ਕੀ ਹੈਗਾ ਆ, ਇਸ ਕੇਸ ਦੇ ਵਿੱਚ ਜਿਹੜਾ ਵਰਕ ਡਨ ਹੈ ਨਾ ਉਹ 0 ਹੈ। ਠੀਕ ਹੈ, ਸੈਕੰਡ ਚੀਜ਼ ਕੀ ਹੈਗੀ ਆ, ਆਪਾਂ ਕੋਈ ਇਹਦੇ ਅੰਦਰ ਹੀਟ ਟ੍ਰਾਂਸਫਰ ਨਹੀਂ ਕਰ ਰਹੇ, ਇਹਦਾ ਮਤਲਬ ਕੀ ਹੈਗਾ ਆ, ਹੀਟ ਟ੍ਰਾਂਸਫਰ ਜਿਹੜਾ ਉਹ ਵੀ 0 ਹੈ। ਹੁਣ ਕੀ ਹੁੰਦਾ ਹੈ, ਇੱਕ ਤੁਹਾਨੂੰ ਦੱਸਿਆ ਸੀ ਜਦੋਂ ਕੋਈ ਗੈਸ ਐਕਸਪੈਂਸ਼ਨ ਹੁੰਦੀ ਹੈ ਕਿਸੇ ਗੈਸ ਦੀ ਉਹਦਾ ਟੈਂਪਰੇਚਰ ਡਿਕਰੀਜ਼ ਹੁੰਦਾ ਆ। ਠੀਕ ਹੈ, ਇਸ ਕੇਸ ਦੇ ਵਿੱਚ ਆਪਾਂ ਇੱਕ ਪਰਫੈਕਟ ਗੈਸ ਕੰਸਿਡਰ ਕਰਕੇ ਚੱਲ ਰਹੇ। ਇੱਕ ਦੋ ਚੀਜ਼ਾਂ ਹੈਗੀਆਂ, ਇੱਕ ਚੀਜ਼ ਕੀ ਹੈਗੀ ਆ ਕਿ ਜਦੋਂ ਕਿਸੇ ਗੈਸ ਦੀ ਐਕਸਪੈਂਸ਼ਨ ਹੁੰਦੀ ਆ ਫਰੋਮ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ, ਐਕਸਪੈਂਸ਼ਨ ਦੇ ਕਾਰਨ ਕੂਲਿੰਗ ਇਫੈਕਟ ਪ੍ਰੋਡਿਊਸ ਹੁੰਦਾ ਆ, ਟੈਂਪਰੇਚਰ ਹੋਏ ਆ ਡਿਕਰੀਜ਼ ਕਰ ਦਿੰਦਾ ਆ। ਇਹ ਹੋ ਗਈ ਇੱਕ ਚੀਜ਼। ਦੂਸਰੀ ਚੀਜ਼ ਕੀ ਹੈਗੀ ਆ ਕਿ ਜਦੋਂ ਫ੍ਰਿਕਸ਼ਨ ਹੁੰਦੀ ਆ, ਫ੍ਰਿਕਸ਼ਨ ਕਰਕੇ ਹੀਟ ਪ੍ਰੋਡਿਊਸ ਹੁੰਦੀ ਆ, ਹੀਟ ਪ੍ਰੋਡਿਊਸ ਹੋਣ ਕਰਕੇ ਟੈਂਪਰੇਚਰ ਇਨਕਰੀਜ਼ ਹੁੰਦਾ ਆ। ਠੀਕ ਹੈ, ਮੈਂ ਤੁਹਾਨੂੰ ਦੋ ਚੀਜ਼ਾਂ ਦੱਸੀਆਂ, ਪਹਿਲੀ ਚੀਜ਼ ਇਹ ਹੈਗੀ ਆ ਕਿ ਫ੍ਰਿਕਸ਼ਨ ਕਰਕੇ ਹੀਟ ਪ੍ਰੋਡਿਊਸ ਹੁੰਦੀ ਆ, ਠੀਕ ਹੈ, ਤੇ ਉਸ ਫ੍ਰਿਕਸ਼ਨ ਦਾ ਟੈਂਪਰੇਚਰ ਇਨਕਰੀਜ਼ ਹੁੰਦਾ ਆ। ਦੂਸਰੀ ਚੀਜ਼ ਤੁਹਾਨੂੰ ਦੱਸੀ ਹੈ ਕਿ ਜਦੋਂ ਐਕਸਪੈਂਸ਼ਨ ਹੁੰਦੀ ਹੈ ਤਾਂ ਕੂਲਿੰਗ ਇਫੈਕਟ ਪ੍ਰੋਡਿਊਸ ਹੁੰਦਾ ਆ। ਹੁਣ ਇਹਦੇ ਵਿੱਚ ਕੀ ਹੁੰਦਾ ਆ, ਦੇਖੋ ਜਦੋਂ ਹਾਈ ਪ੍ਰੈਸ਼ਰ ਤੋਂ ਗੈਸ ਜਿਹੜੀ ਹੈ ਇਹਦੇ ਵਿੱਚੋਂ ਦੀ ਫਲੋ ਕਰਦੀ ਹੈ, ਹੁਣ ਇਧਰਲੀ ਸਾਈਡ ਤੇ ਜਦੋਂ ਨਿਕਲੇਗੀ ਤਾਂ ਐਕਸਪੈਂਸ਼ਨ ਹੋਏਗੀ। ਠੀਕ ਹੈ, ਐਕਸਪੈਂਸ਼ਨ ਹੋਏਗੀ ਤਾਂ ਕੂਲਿੰਗ ਇਫੈਕਟ ਪ੍ਰੋਡਿਊਸ ਹੋਏਗਾ, ਇਹਦਾ ਮਤਲਬ ਕੀ ਹੈ, ਟੈਂਪਰੇਚਰ ਡਿਕਰੀਜ਼ ਹੋ ਜਾਏਗਾ। ਪਰ ਦੂਸਰੀ ਸਾਈਡ ਕੀ ਹੈਗਾ ਆ, ਜਿਹੜੇ ਗੈਸ ਦੇ ਮੋਲੀਕਿਊਲਸ ਇਸ ਵਿੱਚੋਂ ਦੀ ਫਲੋ ਕਰ ਰਹੇ ਆ ਉਹ ਗੈਸ ਦੇ ਮੋਲੀਕਿਊਲਸ ਤੇ ਇਹ ਜਿਹੜੀ ਵਾਲ ਹੈਗੀ ਆ, ਆਹ ਜਿਹੜੀ ਵਾਲ ਹੈਗੀ ਆ ਇਹਦੇ ਵਿੱਚ ਫ੍ਰਿਕਸ਼ਨ ਹੁੰਦਾ ਆ, ਫ੍ਰਿਕਸ਼ਨ ਕਰਕੇ ਹੀਟ ਪ੍ਰੋਡਿਊਸ ਹੁੰਦੀ ਆ, ਤੇ ਹੀਟ ਪ੍ਰੋਡਿਊਸ ਹੋਣ ਕਰਕੇ ਕੀ ਹੁੰਦਾ ਆ, ਟੈਂਪਰੇਚਰ ਇਨਕਰੀਜ਼ ਹੋ ਜਾਂਦਾ ਆ, ਤੇ ਇਹਦਾ ਨੈਟ ਇਫੈਕਟ ਕੀ ਹੁੰਦਾ ਆ,
जिन्ना टेम्परेचर डिक्रीज होया उन्ना ही टेम्परेचर इनक्रीज हो गया, तो यदा मतलब की है यदि अंदर कोई टेम्परेचर चेंज नहीं होंगे, यद मतलब की है इस प्रोसैस में टेम्परेचर जोड़ा वो कॉन्सटेंट रहा है। कदों कॉन्सटेंट रहा जो ये परफेक्ट गैस हो जाएगी। ठीक है, इस तरीके दे नाल हुण देखो तुहानूं दस्सिया सीगा कि चेंज इन इंटरनल एनर्जी का फॉर्मूला क्या होंदा आ, एम इंटू सी वी इंटू टी टू माइनस टी वन, या चेंज इन टैंपरेचर। हुण इत्थे की है चेंज इन टैंपरेचर तो होया ही कोई नहीं, इहदा मतलब की है एम इंटू सी वी इंटू जीरो। जीरो क्यों? क्योंकि चेंज टैंपरेचर चेंज ही नहीं होया, तो यह की हो गया सारा जीरो हो गया। यदा मतलब की है चेंज इन इंटरनल एनर्जी जी है वह भी कितनी होंगी है, ये डेल्टा यू चेंज इन इंटरनल जी है वह भी जीरो होंगी। ठीक है, एक बार फिर तो तुम दोबारा दस देना थ्रोटलिंग प्रोसैस। थ्रोटलिंग प्रोसैस में की होंगे आ कि आप एक माइन्यूट डायमेंशन दे होल या स्लाइटली ओपन वॉल्वों की आप एक गैस न पास कराने फ्लो करवाने। ठीक है, तो ये करके जी प्रोसैस हो रही है इस प्रोसैस में आप कहने थ्रोटलिंग प्रोसैस। थ्रोटलिंग प्रोसैस के माइन्यूट डायमेंशन होल्चों की आप पास करवाने होंगे किसी गैस। ठीक है, हूँ जो गैस पास होंगी है तो जी वॉल हैगी कंटेनर की ते गैस दे मॉलिक्यूल्स इन्हां दोनों विच फ्रिक्शन करके होंगी है जिदे करके टैंपरेचर इनक्रीज हों। पर दूसरी साइड की होंगे आ क्योंकि गैस की एक्सपेंशन हो रही है इस करके की होंगे टैंपरेचर डिक्रीज हों। तो इन दोनों का नैट इफेक्ट की होंगे आ कि चेंज इन जिन्ना टैंपरेचर घटिया उन्ना टैंपरेचर वध्या, नैट चेंज इन टैंपरेचर हो गया जीरो। हुण इंटरनल एनर्जी जी है वो टैंपरेचर पर डिपेंड करती है। ठीक है, टैंपरेचर चेंज होया नहीं, टैंपरेचर जीरो है इस करके चेंज इन इंटरनल एनर्जी जी भी जीरो है। फिर ये अंदर कोई वर्क डन ही नहीं होंदा, ना कोई पिस्टन लगा है ना कोई पिस्टन की मूवमेंट हो रही है। ठीक है, इस करके वर्क डन जो वो भी जीरो हैगा आ। कोई आप हीट एक्सटरनल सप्लाई नहीं कर रहे इस करके हीट ट्रांसफर जोड़ा वो भी जीरो हैगा आ। हुण पर तुहानूं दस्सिया सी जदों भी आप किसी चीज़ को एक जगह तो दूसरी जगह मूव करवाना है सानूं वर्क डन करना पड़ेगा, अपने आप चीज़ नहीं मूव होएगी। ठीक है, हुण इस केस वर्क डन कौन करता है? इस केस जो वर्क डन है ना वो ये जी गैस है ना, गैस दे जी एनर्जी हैगी गैस दे कोल एनर्जी हैगी वो वर्क डन करती है। ठीक है, क्योंकि गैस ने अगर इस फ्लो करना है ना, हाई प्रेशर के उपर गैस है वो जो वर्क डन है ना, गैस को इंटरनल सानू एक्सटरनली कोई हीट सप्लाई नहीं करनी पैंती, एक जी अपनी एनर्जी हैगी है वो ही यूज करके ये एक्सपेंशन हो जाती फ्रॉम हाई प्रैशर टू लो प्रैशर। हुण फ्री एक्सपेंशन की होंगे आ, मान लो हम अपने को साढ़े को द्वारा एक कंटेनर है, इस कंटेनर की आप दो पार्टीशन कर देनी है, पर इस बार फर्क की होएगा कि आप जो होल कंसीडर करना है ना वो डायमेंशन ज्यादा है। ठीक है, पहला थोड़ी जी डायमेंशन से आ देखो पहला सिर्फ इन्नी की डायमेंशन से होल विचों पास करा सी, हुण की आप साइज नू वधा दिता। हुण जी गैस फ्लो होएगी हाई प्रैशर टू, इत्थे आप वैक्यूम कंसीडर कर लैंदे। हुण जी गैस फ्लो होएगी ना इस प्रोसैस वो करके जी प्रोसैस होंगी है इन्हों पर कहने फ्री एक्सपेंशन प्रोसैस। हुण ये भी तुसी देखोगे आपां कोई हीट ट्रांसफर जी है वह भी जीरो है। ठीक है, हीट ट्रांसफर की हो गई जीरो, वर्कडन की है वर्कडन कोई वर्कडन नहीं होया, वर्कडन भी जीरो है। उस तो बाद टैंपरेचर चेंज होएगा कि नहीं होएगा? टैंपरेचर भी चेंज नहीं होएगा क्योंकि एक्सपेंशन जो होएगी उदों ही टैंपरेचर चेंज होएगा, जो माइन्यूट डायमेंशन होल विचों दी एक्सपेंशन होएगी। ये की है लार्ज डायमेंशन होल विचों दी पास कर रही है ये करके, इस करके ये की है कोई जरा अपने को चेंज इन इंटरनल एनर्जी जी वो भी जीरो होएगी क्योंकि कोई टैंपरेचर चेंज नहीं होया, जो टैंपरेचर इतने से वही टैंपरेचर इतने है, चेंज इन टैंपरेचर जीरो है इस करके चेंज इन इंटरनल जी वो भी जीरो हो जाती है। ठीक है, हुण तुसीं सिर्फ इन्ना याद रखना है थ्रोटलिंग प्रोसैस की होंगे आ माइन्यूट डायमेंशन होल विचों की पास करते हैं गैस, फ्री एक्सपेंशन से की होंगे आ लार्ज डायमेंशन होल विचों की पास करती है। ये वास्ते आप करते वर्ड जो टैक्निकल वर्ड यूज करते हैं उन्होंने कहने अपर्चर। ठीक है, या ओरिफिस। ठीक है, इतने लिख देना स्पैलिंग तुम अपर्चर या ओरिफिस। ठीक है, या हो सकता है जिदा थ्रोटलिंग दस्या उस स्लाइटली ओपन वॉल्व हो सकता है। ठीक है, बस ये दो टॉपिक करने से थ्रोटलिंग से फ्री एक्सपेंशन। ये अपना चैप्टर चैप्टर नंबर थ्री खत्म हो गया है, तो नैक्सट आप करना हूँ चैप्टर नंबर फोर। तो चैप्टर नंबर फोर जोड़ा है वह नाम है लाज ऑफ थर्मोडायनमिक्स। ये आप फर्स्ट लॉ ऑफ थर्मोडायनमिक्स पढ़ेंगे, सैकंड लॉ ऑफ थर्मोडायनमिक्स, थर्ड लॉ ऑफ थर्मोडायनमिक्स।